ਬਸ ਸਵੈਮ ਜਗਤ ਉਸ ਵਾਹਿਗੁਰੂ ਦਾ ਹੈ। ਆਵਲੇ ਅੱਲਾਹ ਹੈ ਨੂਰ ਹੀ ਉਪਾਇਆ ਕੁਦਰਤ ਕੇ ਸਭ ਬੰਦੇ। ਇੱਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਤੇ। ਇੱਕ ਨੂਰ ਤੋਂ ਜਗਤ ਦੀ ਰਚਨਾ ਹੋਈ। ਸਾਜਣ ਵਾਲਾ ਇੱਕ ਹੈ ਕੋਈ ਦੂਜਾ ਨਹੀਂ। ਕੋਈ ਕਰਮਾ ਕਰਕੇ ਭਲਾ ਹੈ ਕਰਮਾ ਕਰਕੇ ਬੋਧਾ। ਸਬਦਾ ਰਚਨ ਖਾਤ ਮੇਰਾ ਵਾਹੀ ਗੁਰੂ ਸਵੈਮ ਆਪ ਹੈ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਇੱਕ ਨੂਰ ਤੋਂ ਜਗਤ ਦੀ ਰਚਨਾ ਸਜਣ ਵਾਲਾ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ ਭਾਈ ਪਿਆਰੇਓ ਆਪਨੇ ਕੀਤੇ ਨੂੰ ਆਪ ਪ੍ਰਤ ਪਾਲੇ ਆਪ ਪ੍ਰਤੀ ਪਾਲਣਾ ਕਰਦਾ ਕਿ ਮੇਰਾ ਹੈ ਪੈ ਪੈਰੀ ਤੇ ਸਹਿਮਨਾਈ ਦੀ ਤੇ ਚਾਨਾ ਵਿੱਚ ਪੈ ਕੇ ਮਦਾ ਲਈਏ ਉਸ ਦਾਤੇ ਨੂੰ ਪ੍ਰਸੰਨ ਕਰ ਲਈਏ ਉਸ ਮਾਲਕ ਦੀਨ ਦੁਨੀਆ ਦੇ ਸਿਰਜਣਹਾਰ ਨੂੰ ਤੇ ਬਖਸ਼ੀਸ਼ਾਂ ਹੀ ਬਖਸ਼ੀਸ਼ਾਂ ਨੇ ਜਾ ਕੀ ਸਰਣ ਆਪ ਆਗਤ ਬਾਈਐ ਸਾ ਸਾਸ ਸਹਰ ਨਾਮ ਧਿਆਈਐ ਕਿ ਜਿਸ ਵਾਹਿਗੁਰੂ ਦੀ ਛਣ ਪਿਆ ਬੋਖ ਪਾਈ ਦੀ ਇਸ ਵਾਹਿਗੁਰੂ ਦੇ ਨਾਮ ਦਾ ਸਵਾਸ ਸਵਾਸ ਧਿਆਵਣਾ ਕਰੀਏ ਨਾਮ ਜਪੀ ਤੈਸ ਬਹਿ ਰਹੋ ਨਾ ਦੂਜਾ ਠਾਕ ਸਭ ਤਿਸੈ ਕੀਆ ਜਾਈ ਜੀਉ ਪਾਤਸ਼ਾਹ ਪਰਮਾਉਦੇ ਨੇ ਤੇਸ ਪਰੀ ਪੂਰਨ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਠਾਕਰ ਨਹੀਂ ਦੂਜਾ ਕੋਈ ਮਾਲਕ ਨਹੀਂ ਕਿ ਸਾਰਬ ਜਗਾ ਤੇ ਦੀ ਕਿ ਯਾ ਸਾਦੀ ਜਗਾ ਉਸ ਦੀ ਉਹ ਮਾਲਕ ਸਭਨਾ ਨੂੰ ਸਾਜਣ ਵਾਲਾ ਤੇ ਸਹਿ ਕੀਆ ਜਾਈ ਜਿਉ ਸਭ ਤੇ ਸਹਿ ਕੀਆ ਜਾਈ ਇਹ ਸਾਜਣ ਵਾਲਾ ਆਪ ਹੈ ਸਭਨਾ ਉਸ ਦਾ ਤੇ ਪਰ ਅਗੂ ਗੁਰੂ ਨਾਨਕ ਦੇ ਅੱਗੇ ਇਸ ਤਰ੍ਹਾਂ ਬੇਨਤੀ ਅਰਜ਼ੋਈ ਕਰੀਏ ਪਾਤਸ਼ਾਹ ਪਰਮਾਉਦੇ ਨਹੀਂ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਕੇ ਮੇਰੇ ਪਦਵਦ ਗਾਉਂ ਮੇਰੇ ਗੁਰੂ ਨਾਨਕ ਤੇਰਾ ਕੀ ਮਾਨਖ ਹੈ ਤੇਰਾ ਕੀ ਬਲ ਹੈ ਤੂੰ ਨਵਾਰਿਆਂ ਨੂੰ ਬਾਣ ਤਾਣਿਆਂ ਨੂੰ ਤਾਣ ਨਿਰਬਲਿਆਂ ਦਾ ਬਲ ਨਿਆਸਰਿਆਂ ਦਾ ਆਸਰਾ ਨੇਉਟੀਆਂ ਦੀ ਓਟ ਨੇ ਗੱਤਿਆਂ ਦੀ ਗਤ ਦੇ ਪਤਿਆਂ ਦੀ ਪਤ ਕਰਦਾ ਤੂੰ ਮਾਲਕ ਹੈ ਸਮਰੱਥ ਦਾਤਾ ਤੂੰ ਸੱਚਾ ਸਾਹਿਬ ਗੁਣੀ ਗਹਿીર ਗੁਣਾ ਦਾ ਸਮੁੰਦਰ ਗੁਣਾ ਦੇ ਗ੍ਰਹਿਣ ਕਰਨ ਵਾਲਾ ਉਹ ਸੱਚਾ ਸਾਹਿਬ ਗੁਣੀ ਘੇਰਾ দান ਦਾਸ ਕਹੈ ਬੇਨਾੰਤੀ ਆਠ ਪੈੜ ਤੁਧ ਧਿਆਈ ਜੀਓ ਮੈਂ ਦਾਸ ਇਹ ਬੇਨਤੀ ਕਰਦਾ ਆਂ ਕਿ ਮੈਂ ਆਠ ਪੈੜ ਤੈਨੂੰ ਧਿਆਵਾ ਤੈਨੂੰ ਜਪਾਂ ਬਾਜ ਮੋਹਲਾ ਪੰਜਵਾਂ ਸਭ ਦੇ ਸੁਖ ਭਾਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮੰਨ ਵੁਠੇ ਜਿਸ ਪਦ ਪ੍ਰਭ ਗੁਰੂ ਨਾਨਕ ਪ੍ਰਸੰਨ ਹੋਇਆ ਤੈਨਾਂ ਨੂੰ ਸੰਪੂਰਨ ਸੁਖ ਪ੍ਰਾਪਤ ਹੋ ਗਏ ਭਾਈ ਪ੍ਰਭੂ ਕਿਸਤੇ ਪ੍ਰਸੰਨ ਹੋਏ ਮੇਹਦਵਾਨ ਹੋਏ ਜਿਨ੍ਹਾਂ ਦੇ ਮਨ ਵਿੱਚ ਗੁਰੂ ਪੂਰੇ ਦੇ ਚਰਨ ਵਸੇ ਵਖੀ ਸ਼ਾ ਮਿਲੀਆਂ ਸਹਿਜ ਸਮਾਦ ਲਗੀ ਲੈ ਵੰਤ ਸੋ ਰਸ ਸੋਈ ਜਾਣੈ ਜਿਉ ਕਿਸ ਪ੍ਰਕਾਰ ਸੁਖ ਹੋਇਆ ਸੋ ਤੇ ਹੀ ਤਿਨਾਂ ਦੀ ਸਮਾਦੀ ਲੱਗ ਗਈ ਇਹੀ ਸੁਖ ਦਾ ਸਾਧਨ ਹੈ ਜੇ ਕਹੇ ਸਮਾਦੀ ਦਾ ਸਰੂਪ ਗੀਖ ਹੈ ਪਾਤਸ਼ਾਹ ਪਰਵਾਉਂਦੇ ਨਹੀਂ ਬੇਂਤੀ ਦਾ ਜੋ ਅੰਤਰਮੁਖੀ ਹੋਣਾ ਅੰਤਰਮੁਖ ਰਹਿਣਾ ਬੇਂਤੀ ਬਾਹਰ ਮੁਖੀ ਤਾਂ ਆਪਾਂ ਹਾਂ ਪਰ ਅੰਤਰਮੁਖੀ ਇਹ ਹੀ ਸਮਾਧੀ ਦਾ ਸਦੂ ਭਾਵੇਂ ਬੇਂਤੀ ਦਾ ਆਤਮ ਪ੍ਰਾਣ ਹੋ ਜਾਣਾ ਤੂੰ ਜੋ ਆਨੰਦ ਸੋਈ ਜਾਣਦਾ ਹੈ ਉਸ ਦੇ ਨਾਲ ਜਿਸ ਦੀ ਅੰਤਰਮੁਖ ਬੇਂਤੀ ਉਹਦੇ ਰਤ ਦੇ ਆਨੰਦ ਨੂੰ ਉਹ ਜਾਣਦਾ ਦੂਜਾ ਨਹੀਂ ਬੇਂਤੀ ਕੀਤੀ ਪਾਤਸ਼ਾ ਗਰੀਬਨ ਆਵਾਜ਼ ਜਿਸ ਵਿੱਚ ਮਹਾਤਮਾ ਵਜਤੀ ਨੂੰ ਲਾਉਂਦੇ ਨੇ ਸੋ ਦੇਖਣੇ ਵਿੱਚ ਆਵੇ ਜਾਣੇ ਜਿਸ ਵਿੱਚ ਪ੍ਰ ਮਹਾਤਮਾ ਵਜਤੀ ਲਾਉਂਦੇ ਨੇ ਦੇਖਣੇ ਵਿੱਚ ਆਉਂਦੇ ਨੇ ਜਾਣੇ ਪਾਤਸ਼ਾਹ ਫਰਮਾਉਂਦੇ ਨੇ ਆਗਮ ਆਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਦੇਰਾ ਅਸੂਲ ਰੇਟੀਆਂ ਨੂੰ ਮਨ ਇੰਦਰੀਆਂ ਸੇ ਜੋ ਮੇਰਾ ਸਾਹਿਬ ਪਰੇ ਜੇ ਕਹੇ ਆਤਮ ਦਾਸੀ ਕਿਵੇਂ ਦੇਖ ਦੇ ਨੇ ਪਾਤਸ਼ਾਹ ਪਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਘਟ ਘਟ ਅੰਤਰੰਗਤ ਹੀ ਵਸਤ ਰਿਆ ਬੇਨਤੀ ਕੀਤੀ ਪਾਤਸ਼ਾਹ ਜਦ ਸਭ ਘਟਾਂ ਦੇ ਵਿੱਚ ਵਸਦਾ ਤਾਂ ਪਰਮੇਸ਼ਰ ਪਾਪ ਪੁੰਨ ਦਾ ਭਾਗੀ ਵੀ ਹੋਵੇਗਾ ਲੋਕੇ ਮਦੁਖ ਪਾਪ ਤੇ ਪੁੰਨ ਕਰਦਾ ਜੇ ਸਭ ਘਟਾਂ ਵਿੱਚ ਵੱਸਦਾ ਘਟ ਸਰੀਰ ਤਨ ਨੂੰ ਆਖਿਆ ਕਿ ਪਰਮੇਸ਼ਰ ਪਾਪ ਦੇ ਪੁੰਨ ਦਾ ਭਾਗੀ ਵੀ ਹੋਵੇ ਪਾਤਸ਼ਾਹ ਪਰਮਾਉਂਦੇ ਨਹੀਂ ਸਦਾ ਅਲਿਪਤ ਜੀਆ ਕਾ ਦਾਤਾ ਕੋ ਵੇਰਲਾ ਆਪ ਪਛਾਣ ਜੀਓ ਪਰੀ ਪੂਰਨ ਪਰਮਾਤਮਾ ਸਦਾ ਅਸੰਗ ਹੈ ਅਲਪ ਹੈ ਐਸਾ ਅਲਪ ਤਖ ਹੈ ਜੀਵਾਂ ਨੂੰ ਖਾਣ ਪਾਣ ਦੇਣ ਵਾਲਾ ਦਾਤਾ ਐਸੇ ਅਸੰਗ ਵਾਹਿਗੁਰੂ ਨੂੰ ਕੋਈ ਵਿਦਲਾ ਹੀ ਆਪਣਾ ਆਪ ਸਮਝਦਾ ਹੈ ਸਾਰੀ ਕਿਉਂਕਿ ਉਹ ਮਾਲਕ ਵੱਡਾ ਵੇ ਕਮਲ ਦਾ ਪੁੱਲ ਰਹਿੰਦਾ ਜਲ ਵਿੱਚ ਜਲ ਤੋਂ ਤਦੀਪ ਹੈ ਵੇ ਸੂਝ ਦੀ ਆ ਕਹਿਣਾ ਸਭ ਥਾਈਂ ਵੈ ਦੀਆਂ ਇਹ ਚੰਗੀ ਜਿਹਾ ਪੁਲਵਾੜੀ ਬੈਲੀ ਜਗਾ ਤੇਰੀ ਉਹਨਾਂ ਨੂੰ ਕੋਈ ਸਪਰਸ਼ ਨਹੀਂ ਕੋਈ ਮੈਲ ਨਹੀਂ ਅਸੰਗ ਪਰਮਾਤਮਾ ਐਸਾ ਉਹ ਸਰਬ ਵਿਆਪਕ ਨਰਲੀਪ ਖੈ ਅਸੰਗ ਖੈ ਪਾਪ ਪੁੰਨ ਦਾ ਪਾਗੀ ਸਦਾ ਅਲਿਪਤ ਜੀਆ ਕਾ ਦਾਤਾ ਨਰਲੀਪ ਤੇ ਅਸੰਗ ਰਹਿੰਦਾ ਬੈਠਾ ਤਨ ਵਿੱਚ ਹੀ ਹੈ ਬਸ ਅਸੰਗ ਰੱਬ ਦੇ ਜਨ ਮਹਾਤਮਾ ਵੀ ਅਸੰਗ ਰਹਿੰਦੇ ਉਹ ਵੀ ਪਾਪ ਪੁੰਨ ਦੇ ਭਾਗੀ ਨਹੀਂ ਕਰੈ ਜਗ ਕੋਟਕ ਨਹੀਂ ਪੁੰਨ ਕੋ ਹਨ ਬਿਪਰਕੇਤੇ ਨਹੀਂ ਪਾਪ ਕੋ ਕਰੋੜਾਂ ਜਗ ਕਰ ਦੇਣ ਰੱਬ ਦੇ ਜਨ ਕੋਈ ਪੁੰਨ ਨਹੀਂ ਲੱਗਣਾ ਕਰੋੜਾਂ ਘਾਤ ਵੀ ਕਰ ਦੇ ਕੋਈ ਪਾਪ ਦੀ ਨਹੀਂ ਲੱਗਣੀ ਕਿਉਂਕਿ ਪੁੰਨ ਪਾਪ ਦਾ ਉਹਨਾਂ ਨੂੰ ਲੇਪ ਨਹੀਂ ਕਦਾਚਿਤ ਐਸੀ ਸ਼ੰਕਾ ਹੋ ਜਾਵੇ ਕਿ ਤਿਸ ਪ੍ਰਭੂ ਦੇ ਮਿਲਣੇ ਦੀ ਇਹ ਸ਼ਾਨੀ ਕੀ ਹੈ ਕਿਵੇਂ ਮਿਲੇਗਾ ਪਾਤਸ਼ਾਹ ਫਰਮਾਉਂਦੇ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਬਨ ਇੱਕੋ ਸੱਚਾ ਹੁਕਮ ਉਪਸ਼ਾਣੀ ਪ੍ਰਭੂ ਦੇ ਮਿਲਣੇ ਦੀ ਇਹੀ ਨਿਸ਼ਾਨੀ ਹੈ ਜੋ ਕਿ ਮਨ ਕਰਕੇ ਇੱਕ ਵਾਹਿਗੁਰੂ ਦਾ ਸੱਚਾ ਹੁਕਮ ਪਹਿਚਾਨਣਾ ਮਿਲਣ ਦੀ ਨਿਸ਼ਾਨੀ ਹੈ ਜੋ ਮਨ ਕਰਕੇ ਉਹ ਸੱਚੇ ਪਰਮਤਮ ਦਾ ਦੇ ਹੁਕਮ ਨੂੰ ਜਾਣਨਾ ਕਿ ਕੀ ਹੁਕਮ ਹੈ ਮੇਰੇ ਗੁਰੂ ਅਪਦੇਸ਼ ਦਾ ਗੁਰੂ ਦਾ ਕੀ ਅਪਦੇਸ਼ ਸੰਦੇਸ਼ ਨਿਸ਼ਾਨੀ ਹੈ ਮਿਲਣ ਦੀ ਦੁੱਖ ਸੁੱਖ ਦੇ ਵਿੱਚ ਸਮ ਰਹਿਣਾ ਕਿ ਦੁੱਖਿਆ ਆਇਆ ਮੇਰੇ ਕਰਮਾਂ ਦਾ ਫਲ ਸੁਖਿਆ ਆਇਆ ਮੇਰੇ ਵਾਹੀ ਗੁਰੂ ਦੀ ਬਖਸ਼ਿਸ਼ ਪਾਤਸ਼ਾਹ ਅੱਗੇ ਬੇਨਤੀ ਕੀਤੀ ਗਰੀਬ ਨਵਾਜ਼ ਹੁਕਮ ਵਿੱਚ ਕੀ ਆਲਾਬ ਹੋਇਆ ਹੁਕਮ ਮੰਨਣ ਵਿੱਚ ਸਤਿਗੁਰੂ ਪਰਮਾਉਂਦੇ ਨੇ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੈ ਜੀਓ ਉਹ ਬੋਸ ਜਿ ਸੋਤੇ ਹੀ ਹੀ ਸੰਤੋਖ ਕੇ ਸਦੀਵ ਕਾਲ ਆਗਾ ਦੇ ਨੇ ਕਿਉਂਕਿ ਖਸਮ ਦੇ ਬਾਣੇ ਨੂੰ ਬੰਨਣੇ ਕਰਕੇ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਰਸ ਮਿਲਿਆ ਖਾਤੀ ਦਿੱਤੀ ਪ੍ਰਭ ਦੇਵਨਾ ਜਨਮ ਮਰਨ ਰੋਗ ਸਭਨ ਵਾਰੇ ਜਿਨ੍ਹਾਂ ਨੂੰ ਦੇਵਨ ਘਾ ਬਰੀ ਭੂਤਨ ਪਰਮਾਤਮਾ ਨੇ ਬਾਹ ਦਿੱਤੀ ਤੇ ਇਹਨਾਂ ਦੇ ਜਨਮ ਅਰਗ ਰੋਗ ਸਭ ਨਿਵਿਚ ਕਰ ਦਿੱਤੇ ਕਿਉਂਕਿ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਦੋ ਪਾਦ ਖੋ ਗੁਰੂ ਨੇ ਜਿਨ੍ਹਾਂ ਦੀ ਬਾਹ ਫੜ ਲਈ ਨਾਨਕ ਦਾਸ ਕੀਏ ਪ੍ਰਭ ਆਪਣੇ ਬਾਦ ਕੀਰਤਨ ਰੰਗ ਮਾਣ ਜੀਓ ਜੋ ਪ੍ਰਭੂ ਨੇ ਆਪਣੇ ਦਾਸ ਬਣਾ ਲੇ ਕਿ ਤੂੰ ਮੇਰਾ ਹੈ ਸੋ ਵਾਹਿ ਗੁਰੂ ਦੇ ਜਸ ਦਾ ਆਨੰਦ ਰਸ ਭੋਗਦੇ ਨੇ ਵਾਜ ਮਹੱਲਾ ਉਪੰਜੋ ਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਖੀ ਜੇਨਾ ਪਰ ਗੋਪਾਲ ਗੁਸਾਈ ਨੇ ਦਇਆ ਕੀਤੀ ਤੇਨਾਂ ਦੇ ਦੇ ਵਿੱਚ ਗੁਰੂ ਦੇ ਚਰਨ ਵਸ ਗਏ ਚਰਨਾ ਅੰਮ੍ਰਿਤ ਲਿਆ ਚਰਨਾ ਨੂੰ ਹਿਰਦੇ ਵਿੱਚ ਵਸਾਇਆ ਆਗੀਕਾਰ ਕੀਆ ਤੈਨ ਕਰਤੈ ਦੁੱਖ ਕਾ ਡੇਰਾ ਢਾਹ ਆ ਜੀਓ ਵਾਹਿਗੁਰੂ ਕਸਤਾ ਪੁਰਖ ਨੇ ਤਿੰਨ ਭਗਤਾਂ ਦਾ ਭਾਈ ਪੱਖ ਕੀਤਾ ਆਪ ਲਾਜ ਤਨ ਦਾ ਕਰਮ ਗ੍ਰਹਿਣ ਕਰ ਲਿਆ ਤਰ ਲੋਕੀ ਦੇ ਮਾਲਕ ਨੇ ਮੇਰੇ ਪਿਆਰੇ ਨੇ ਜਨਵਾਤੀ ਕਲੇਸ਼ਾਂ ਦਾ ਆਸਥਾਨ ਜੋ ਆ ਗਿਆ ਸੁਟਾਇਆ ਭਾਵ ਕਤ ਬਨ ਤਨ ਵਸਿਆ ਸਚਾ ਸੋਈ ਦੇਖੜਾ ਤਨ ਦਾ ਦੇਸੈ ਕੋਈ ਜਿਨਾਂ ਨੇ ਸੋ ਸਚਾ ਵਾਹਿ ਗੁਰੂ ਮੰਤੇ ਤਨ ਵਿੱਚ ਵਸਿਆ ਜਾਣਿਆ ਤੇਨਾਂ ਨੂੰ ਕਠਨ ਸਾਥ ਕੋਈ ਨਹੀਂ ਦਿਸਦਾ ਭਾਵ ਕੇ ਸਰਬ ਸਥਾਨ ਵਿੱਚ ਵਾਹਿਗੁਰੂ ਨੂੰ ਦੇਖਦੇ ਨੇ ਦੂਤ ਦੋਸਮਣ ਸਭ ਸੱਜਣ ਹੋਏ ਏਕੋ ਸੁਆਮੀ ਆਹ ਆ ਜਿਓ ਪਾਤਸ਼ਾਹ ਪਰਮਾਉਦੇ ਨਹੀਂ ਜਦ ਏਕੋ ਸੁਆਮੀ ਚਾਹਿਆ ਇੱਕ ਮਾਲਕ ਗੁਰੂ ਨਾਨਕ ਤab ਜੋ ਜਮਦੂਤ ਦੁਸ਼ਮਣ ਸੀ ਉਹ ਸਭ ਮਿੱਤਰ ਹੋ ਗਏ ਸੱਜਣ ਬਣ ਗਏ ਜੋ ਕਛ ਕਰੇ ਸੋ ਆਪੇ ਆਪੈ ਬੁੱਧ ਸਿਆਣਕ ਕਿਸੂ ਨਾ ਜਾਪੈ ਜੋ ਕੁਝ ਵੀ ਕਰਦਾ ਹੈ ਸੋ ਆਪ ਹੀ ਕਰਦਾ ਬੁੱਧੀ ਦੀ ਚਤ్రਾਈ ਕੁਝ ਨਹੀਂ ਜਾਣੀ ਜਾਨੀ ਆਪਣੇ ਆਸਾਂ ਦਾ ਨੋ ਆਪਸ ਹਾਈ ਪ੍ਰਭ ਭਰਮ ਉਪਲਾਵਾ ਲਾਹਿਆ ਜੀਓ ਜੋ ਭਰਮ ਨੂੰ ਪੜਦਾ ਪੁਲਾਵਣ ਵਾਲਾ ਸੀ ਸੋ ਲਾਹਿਆ ਇਹਨੇ ਆਪਣੇ ਸੰਤਾਂ ਨੂੰ ਪ੍ਰਭ ਆਪ ਪ੍ਰਭ ਸਹਤਾ ਕੈਨ ਵਾਲਾ ਹੋਇਆ ਚਾਦਰ ਕੰਬਲ ਜਨਕਾਇਆ ਆਧਾਰੋ ਆਠ ਪੈੜੇ ਰਾਮ ਨਾਮ ਵਾਪਾਰੂ ਵਾਤ ਜਨਾਨੂ ਚਰਨ ਕਮਲਾਂ ਦਾ ਅਸਦਾ ਸਹਬ ਅਠੇ ਪੈ ਦਾ ਰਾਮ ਨਾਮ ਦਾ ਬਣਜ ਕਰਦੇ ਨੇ ਧਾਮ ਜਪਦੇ ਨਹੀਂ ਜਪਾਉਂਦੇ ਨੇ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਰਾਪਨਾਨੰਦਕ ਸਰਬ ਸਮਾਹਿਆ ਜੀਓ ਪਾਤਸ਼ਾਹ ਪਰਮਾਉਂਦੇ ਨੇ ਗਿਆਨ ਜਨ ਆਨੰਦ ਵਿੱਚ ਮਗਨ ਹੋ ਕੇ ਉਸ ਗੋਵਿੰਦੇ ਗੁਣ ਗਾਉਂਦੇ ਨੇ ਜੋ ਸਰਬ ਵਿੱਚ ਸਮਾਇਆ ਹੋਇਆ ਬਾਜੁ ਮਹੱਲਾ ਪੰਜੋ ਵਾਹ ਸੋ ਸਚ ਮੰਦਰ ਜਿਤ ਸਾਚ ਧਿਆਈਐ ਸੁਰਦਾਸ ਸੋਹਿਲਾ ਜਿਤ ਘਰ ਗੁਣ ਗਾਈਐ ਪੰਜੋਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਖਸ਼ੀਸ਼ਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਭਾਵਨੀ ਉਪਦੇਸ਼ ਫਰਮਾਉਂਦੇ ਨੇ ਭਾਈ ਸੋ ਸੱਚ ਮੰਦਰ ਜਿਤ ਸੱਚ ਤੇ ਆਈਏ ਕੇ ਸਤ ਸਦੂਪ ਪਰਮਾਤਮਾ ਸੋ ਮੰਦਰ ਸਫਲ ਹੈ ਜਿਸ ਵਿੱਚ ਇਹ ਸਤ ਗੁਰੂ ਵਾਹਿਗੁਰੂ ਤੈਨੂੰ ਧਿਆਈ ਦਾ ਇਹ ਤਨ ਹੀ ਆਪਣਾ ਮੰਦਰ ਹੈ ਉਹ ਤਨ ਸਫਲ ਹੈ ਜਿੱਥੇ ਵਾਹੀ ਗੁਰੂ ਦਾ ਨਾਮ ਜਪਿਆ ਜਾਂਦਾ ਹੈ ਉਹ ਮਹੱਲ ਵੀ ਪੂਜਨੀਕ ਨੇ ਜਿੱਥੇ ਪਰਮੇਸ਼ਰ ਦੀ ਬੰਦਗੀ ਹੋਈ ਕਿਤੇ ਹੀ ਕਾਜ ਧੌਲ ਗੱਲ ਜਿੱਤੇ ਗੱਲ ਵਿਸਦਾ ਉਹ ਧੌਲ ਕਿਤੇ ਕੰਮ ਦੇ ਨਹੀਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜੋ ਕਹਦਾ ਸੁਖੀ ਹੋਇਆ ਜਿਸ ਹਿਰਦੇ ਵਿੱਚ ਖੇ ਮੇਰੇ ਗੁਰੂ ਨਾਨਕ ਇਰੇ ਗੁਣ ਗਾਏ ਜਾਂਦੇ ਆ। ਜਾਂ ਤਾਂ ਬਾਣੀ ਦਾ ਧਰਮ ਹੈ। ਗਾਵਣਾ ਬਾਣੀ ਦਾ ਧਰਮ। ਕਿ ਦੇਦਾ ਨਹੀਂ। ਤਾਂ ਤਾਂ ਇਆਂ ਗਿਆਨ ਸੇ ਇਹਦੇ ਵਿੱਚ ਧਾਰਨ ਕਰਨੇ ਦਾ ਭਾਵ ਹੈ। ਸਾ ਧਰ ਤਸਵਾਵੀ ਜਿਤ ਵਸਹਿ ਖਰ ਜਨ। ਸੱਚੇ ਨਾਮ ਵਿਟੋਂ ਕੋ ਰਵਾਣੇ ਜੀਓ। ਕੇ ਮੇਰੇ ਗੁਰੂ ਨਾਨਕ ਸੋਤਾਤੀ ਸੋਭਾ ਵਾਲੀ ਹੋਗੀ ਪੂਜਨੀਕ ਜਿੱਥੇ ਤੇਰੇ ਸੰਤ ਵਸਦੇ ਨੇ ਇਹ ਸੱਚੇ ਮੇਰੇ ਵਾਹਿਗੁਰੂ ਤੇਰੇ ਨਾਮ ਉਪਰੋ ਕੁਰਵਾਣ ਸੱਚ ਵਡਾਈ ਕੀ ਮਨਾ ਪਾਈ ਕੁਦਰਤ ਕਰਮ ਦਾ ਕਹਿਣਾ ਜਾਈ ਏ ਮੇਰੇ ਵਾਹਿਗੁਰੂ ਰੇ ਅਕਾਲ ਵਾਦ ਕਿ ਪਰਮੇਸ਼ਰ ਤੇਰੀ ਮਹਿਮਾ ਕੀਮਤ ਪਾਈ ਨਹੀਂ ਜਾਂਦੀ। ਇਹ ਕੁਦਰਤੀ ਅਨੇਕ ਸ਼ਕਤੀਆਂ ਵਾਲੇ ਤੇਰਾ ਅੰਤ ਕਲ ਤਬ ਕਹਿਆ ਨਹੀਂ ਜਾਂਦਾ। ਕੁਦਰਤ ਕਰਮ ਦਾ ਕਹਿਣਾ ਜਾਈ ਤੂੰ ਵੱਡਾ ਮਾਲਕ ਵੱਡਾ ਸਮਰਾਤ ਦਾਤਾ ਹੈ। ਕਰਨ ਖਾਦ ਮਾਲਕ ਹੈ। ਤੇ ਆਏ ਤੇ ਆਏ ਜੀਵਹ ਜਨ ਤੇਰੇ ਸੱਚ ਸਬਦ ਮਨਵਾਣੋ ਜਿਉ ਵਾਰੰਗਵਾਦ ਆਪ ਨੂੰ ਧਿਆਕੇ ਤੇਰੇ ਜਨ ਜਿਉਂਦੇ ਨੇ ਸੱਚੇ ਉਪਦੇਸ਼ ਦਾ ਆਨੰਦ ਮਨ ਵਿੱਚ ਭੋਗਦੇ ਨੇ ਸੱਚ ਸਲਾਹ ਹੰਡ ਬੱਢ ਭਾਗੀ ਪਾਈ ਹੈ ਗੁਰ ਪਦ ਸਾਦੀ ਗਾਦੇ ਗੁਣ ਗਾਈ ਹੈ ਇਹ ਸੱਚੇ ਮੇਰੇ ਪਦਵਤ ਗਾਉ ਤੇਰਾ ਸੁਲਾਣਾ ਵੱਡੇ ਪੁੰਨਾਂ ਕਰਕੇ ਮਿਲਦਾ ਇਹ ਮੇਰੇ ਗੁਰੂ ਨਾਨਕ ਤੇਰੇ ਗੁਣ ਗੁਰੂ ਦੀ ਕਿਰਪਾ ਤੇ ਗਾਏ ਜਾਂਦੇ ਰੰਗ ਰਤੇ ਤੇਰੇ ਤੁਦ ਭਾਵੇ ਸੱਚ ਨਾਮ ਨੀਸਾਣੋ ਜੀਓ ਜੋ ਤੇਰੇ ਪ੍ਰੇਮ ਦੇ ਵਿੱਚ ਦਿੱਤੇ ਨੇ ਰੰਗ ਚੜਿਆ ਜਿਨ੍ਹਾਂ ਨੂੰ ਨਾਮ ਦਾ ਉਹ ਤੈਨੂੰ ਭਾਉਂਦੇ ਨੇ ਉਹ ਕੈਸੇ ਪ੍ਰੇਮੀ ਨੇ ਜਿਨ੍ਹਾਂ ਦੇ ਪਾਲ ਸੱਚੇ ਨਾਮ ਦਾ ਭਗਵਾਨਾ ਖੈ ਉਹ ਗੁਰੂ ਨਾਨਕ ਦੇ ਘਰੋਂ ਭਾਈ ਬਖਸ਼ੀਸ਼ਾਂ ਲੈਂਦੇ ਸੱਚੇ ਅੰਤ ਨਾ ਜਾਣੈ ਕੋਈ ਤਾਨਤਨ ਅੰਤ ਸੱਚਾ ਸੋਈ ਇਹ ਸੱਚੇ ਮੇਰੇ ਵਾਹਿਗੁਰੂ ਤੇਰਾ ਅੰਤ ਕੋਈ ਨਹੀਂ ਜਾਣਦਾ ਉਹ ਸੱਚਾ ਤੂੰ ਥਾ ਤਨੰਤਰਾਂ ਵਿੱਚ ਪੂਰਨ ਸੈਂ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਇਹ ਅੰਤਰ ਤੇ ਜਾਮੀ ਮੇਰੇ ਗੁਰੂ ਨਾਨਕ ਸੱਚੇ ਪਰਮੇਸ਼ਰ ਤੂੰ ਜਾਣਦਾ ਹੈ ਅੰਤਰ ਦਾ ਪ੍ਰੇਤ ਕੇ ਅੰਤਰ ਜਾਮੀ ਮੇਰੀ ਇਹ ਭਾਵਨਾ ਸਦੀਵਕਾਲ ਤੇਰਾ ਹੀ ਧਿਆਨ ਕਰਦਾ ਤੇਰੀ ਯਾਗ ਚਿੰਤਨ ਵਿੱਚ ਜੁੜਿਆ ਰੱਖਾ ਤੇਰੇ ਨਾਮ ਨੂੰ ਜਪਾਂ ਕਿਉਂਕਿ ਤੂੰ ਬਖਸ਼ੀਸ਼ਾਂ ਦਾ مالک ਜਿਉਂ ਜਾਣੋ ਤਿਉਂ ਰਾਖ ਖਾਲ ਪ੍ਰਭ ਤੇਰਿਆਂ ਜਿਉਂ ਵੀ ਜਾਨੋ ਰੱਖ ਲਵੋ ਤੇਰੇ ਵਾਜੋ ਮਹੱਲਾ ਪੰਜੋ ਵਾ ਅਰੇਣ ਸੁਹਾਵੜੀ ਦਿਨ ਸੁਸਹੇਲਾ ਜਪ ਤੇ ਅਮਰਤ ਨਾਮ ਸੰਤ ਸੰਗ ਮੇਲਾ ਸੋ ਰਾਤਰੀ ਸੋ ਬਨਿਕ ਖੈ ਦਿਨ ਵੀ ਸੁਖ ਰੂਪ ਹੋਇਆ ਜਿਸ ਵਿੱਚ ਸੰਤਾਂ ਦੇ ਸੰਗ ਮੇਲਾ ਕਰਕੇ ਅਮਰਤ ਨਾਮ ਜਪਿਆ ਘੜੀ ਮੂਰਤ ਸਿੰਬ ਰਤ ਪਲ ਵੰਜਹਿ ਜੀਵਨ ਸਭਲ ਤਥਾਈ ਜੀਓ ਜਿਸ ਸਤ ਸੰਗ ਵਿੱਚ ਘੜੀ ਮੌਹੁਲਤ ਦੋ ਘੜੀ ਪਲ ਸਿਮਰਨ ਕਰਦੇ ਆਂ ਬੀਤਣ ਤੁਸੀਂ ਉਸਤਾਨ ਵਿੱਚ ਜੀਵਨ ਸਫਲ ਹੁੰਦਾ ਹੈ ਆਪਣਾ ਘੜੀ ਪਲ ਮੌਹੁਲਤ ਦੋ ਘੜੀਆਂ ਪਲ ਵੀ ਸਿਮਰਨ ਕੀਤਾ ਗੁਰੂ ਨਾਨਕ ਦੇਵ ਜੀ ਸੰਗਤ ਉਹ ਅਜਾਈ ਨਹੀਂ ਜਾਤਾ ਪਾਤਸ਼ਾਹ ਗੁਰਦੇਵ ਦੇ ਬਚਨ ਨੇ ਹਰਿ ਜਨ ਨਾਮ RAM 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 ਧਿਆਏ ਏਕ ਪਲਕ ਸੁਖ ਸਾਧ ਸੁਮਾਗਮ ਕੋਟ ਬੈਕੁੰਠਾਂ ਪਾਏ ਇੱਕ ਪਲਕ ਅੱਖ ਝਮਕਣ ਵਾਤਰ ਗੁਰੂ ਨਾਨਕ ਦੇ ਘਰ ਆਇਆ ਸਾਧੂ ਦੀ ਸੰਗਤ ਸਾਧੂ ਦੇ ਸੁਮਾਗਮ ਵਿੱਚ ਕਰੋੜਾਂ ਬੈਕੁੰਠਾਂ ਦੇ ਸੁਖ ਕੈਸੀਆਂ ਬਖਸ਼ੀਸ਼ਾਂ ਨੇ ਸੰਗਤ ਦੀਆਂ ਕੈਸਾ ਫਲਕ ਹੈ ਗੁਰੂ ਨਾਨਕ ਦੇ ਘਰ ਕਿਉਂਕਿ ਗੁਰੂ ਨਾਨਕ ਦਾ ਘਰ ਭਾਈ ਬਖਸ਼ੀਸ਼ਾ ਦਾ ਦਰਖ ਹੈ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਦੀ ਅੱਗੇ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਜਿਨ੍ਹਾਂ ਨੇ ਸਿਮਰਿਆ ਰਾਧਿਆ ਤੇਨਾਂ ਨੂੰ ਲਾਹਾ ਕੀ ਮਿਲਿਆ ਕੀ ਲਾਭ ਹੋਇਆ ਪਾਤਸ਼ਾਹ ਫਨਵਾਉਂਦੇ ਸੇਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰਿ ਘਰ ਪ੍ਰਭ ਸਾਥੀ ਭਾਈ ਪਿਆਰੇ ਆ ਜਿਨ੍ਹਾਂ ਦੇ ਨਾਮ ਸਿਮਰੇ ਆ ਸਿਮਰੋ ਸਿਮਰ ਸਿਮਰ ਸੁਖ ਭਾਵ ਕਾਲ ਕਲੇਸ਼ ਤਨ ਵਾਹੀ ਮਟਾਵੇ ਜਿਨ੍ਹਾਂ ਨੇ ਸਿਮਰਿਆ ਉਹਨਾਂ ਨੇ ਸੁਖ ਪਾਇਆ ਤੇ ਇਹਨਾਂ ਦੇ ਸਭ ਦੋਖ ਲੈ ਗਏ ਜੋ ਬ੍ਰਹਮੰਡ ਪਿੰਡ ਵਿੱਚ ਵਾਹੇ ਗੁਰੂ ਖੈ ਸੋ ਵਾਹੇ ਗੁਰੂ ਸਾਥੀ ਤੇਨਾਂ ਨੇ ਜਾਣਿਆ ਕਿ ਆਪ ਨੂੰ ਬ੍ਰਹਮ ਰੂਪ ਨੇਚੇ ਕੀਤਾ ਯੋਗੇ ਬ੍ਰਹਮ ਹੀ ਬਸ ਰਿਆ ਭੈ ਭੌ ਭਰਮ ਕੋਯਾ ਗੁਰਪੂਰੈ ਦੇਖਾ ਸਭ ਨਹੀਂ ਜਾਈ ਜੀਓ ਜਨਤ ਜਨਮ ਤੇ ਮਨ ਦਾ ਜੋ ਡਰ ਭੈ ਸੀ ਭਰਮ ਸੀ ਪੂਰਨ ਗੁਰੂ ਨੇ ਮਟਾ ਦਿੱਤਾ ਸਤ ਸਭ ਉਸਤਾਨਾਂ ਵਿੱਚ ਵਾਹੇ ਗੁਰੂ ਭਰੀ ਪੂਰਨ ਦੇਖ ਲਿਆ ਇਹ ਮੇਰਾ ਮਾਲਕ ਮੇਰਾ ਗੁਰੂ ਨਾਨਕ ਸਤਿਵ ਵਿਆਪਕ ਪ੍ਰਭ ਆਪ ਸਭ ਰਾਤੋਂ ਵੱਡਾ ਉੱਚਾ ਅਪਾਰਾ ਨੋਂ ਦੇਦ ਨਾ ਬ ਪਰੇ ਪੰਡਾਰਾ ਮੇਰਾ ਗੁਰੂ ਨਾਨਕ ਸਮਰੱਥ ਹੈ ਸਭ ਤੋਂ ਵੱਡਾ ਤੇ ਉੱਚਾ ਅਪਾਰ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਲਾਖੀ ਮੇਰੀ ਕਿਉਂਕਿ ਗੁਰੂ ਨਾਨਕ ਸਭ ਤੋਂ ਵੱਡਾ ਆਪ ਨਿਰਗੁਣ ਤੋਂ ਸਤਗੁਣ ਦੇ ਰੂਪ ਵਿੱਚ ਆਇਆ। ਪਾਕਸ਼ਾ ਪਰਮਾਉਂਦੇ ਉਸ ਦਾ ਨਾਮ ਨਉ ਨਿਤ ਦੇ ਦੇਣ ਵਾਲਾ ਹੈ। ਇਹ ਪਦਾਰਥਾਂ ਨੂੰ ਦਿਨ ਰਾਤ ਭੱਜੇ ਫਿਰਦੇ ਉਹ ਪਦਾਰਥ ਆਪਣੇ ਆਪ ਚੱਲ ਕੇ ਆਵਣਗੇ। ਕਿਉਂਕਿ ਗੁਰੂ ਨਾਨਕ ਦੇ ਘਰ ਵੱਡੀਆਂ ਬਖਸ਼ੀਸ਼ਾਂ ਨੇ ਬਾਦਸ਼ਾਹ ਪਰਮਉਦੇ ਨੇ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਨਾਮ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰਹ ਜੋ ਖਾਦ ਘਿਰਦੇ ਸਦਾ ਵਸਾਏ ਇੱਕ ਦੋ ਦੇ ਨਹੀਂ ਆਖਿਆ ਸਦੀਵੀ ਤੂੰ ਨਿਤ ਦਾ ਨੀਮੀ ਵਣ ਨਾਮ ਜਪ ਏਕ ਲਹਿ ਗੁਰੂ ਨਾਨਕ ਦੀ ਇਹ ਪਦਾਲ ਤੇਰੇ ਪਿੱਛੇ ਲੱਗੇ ਫਿਰਹ ਨੰਦੇ ਦੀਆ ਵਿੱਚ ਸੋਨਾ ਜਾਂਦੀ ਯਾਦਕ ਸਾਰੇ ਜਗਤ ਦੇ ਪਦਾਲਥੇ ਆ ਜਾਂਦੇ 18 ਸਦੀਆ ਗੁਪਤ ਪ੍ਰਗਟ ਦੂਜ ਦੀ ਬਾਤ ਤਾਂ ਜਾਣ ਲੈਣੀ ਜਿਹਦੇ ਦੀ ਬੁੱਝ ਲੈਣੀ ਆ ਉਹ ਸਿੱਧ ਪੁਰਸ਼ ਹੋ ਜਾਂਦਾ بس ਸਦੀ ਵੀ ਜਪੇ ਨਾਮ ਸਦਾ ਤੇ ਆਵੇ ਪ੍ਰਭੂ ਇਹ ਬਖਸ਼ੀਸ਼ਾਂ ਮਿਲਦੀਆਂ ਪਾਤਸ਼ਾਹ ਪਰਮਾਉਦੇ ਨੇ ਉਹ ਵੱਡਾ مالک ਪੜਾ ਦੇ ਭਰੇ ਭਏ ਨਹੀਂ ਬਹੁਲ ਕਰਨ ਵਾਲਾ ਹੈ ਭੰਡਾ ਦੀਆਂ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜਿਓ ਆਦ ਮਦ ਅੰਤ ਵਿੱਚ ਇੱਕ ਮੇਰਾ ਵਾਹਿ ਗੁਰੂ ਪੂਰਣ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਤਾਂ ਸਦਾ ਹੈ ਕਿ ਚੇਸੀ ਅੱਜ ਵੀ ਅੱਗੇ ਵੀ ਇਹ ਨਹੀਂ ਕਿ ਨਹੀਂ ਹੋਣ ਉਹ ਤਾਂ ਸਦਾ ਵੱਡਾ ਮਾਲਕ ਹੈ ਜਨਮ ਮੰਡ ਵਿੱਚ ਨਹੀਂ ਆਉਂਦਾ ਸੋਈ ਇੱਕ ਪ੍ਰਭੂ ਪੂਰਨ ਹੈ ਦੂਜਾ ਪਾਸ ਨਹੀਂ ਲਾਈ ਭਾਵੇਂ ਕਿ ਬ੍ਰਹਿਮ ਜੈਸਾ ਬ੍ਰਹਿਮ ਹੋਰ ਨਹੀਂ ਹੈ ਸਜਾਤੀ ਵਜਾਤੀ ਸਵਾਗਤ ਤੈਨ ਭੇਦ ਸਿ ਰਚਤ ਹੈ ਰਹੇਤ ਹੈ ਪਾਤਸ਼ਾਹ ਪਰਵਾਉਂਦੇ ਨੇ ਜੈਸੇ ਇੱਕ ਗਊ ਦਾਦਾ ਗਊ ਕੀ ਇੱਕ ਜਾਤੀ ਦੂਸ ਸajati ਕਹਿੰਦੇ ਨਹੀਂ ਵਜਾਤੀ ਜੈਸੇ ਇੱਕ ਗਊ ਦੂਜੀ ਉਸ ਦੇ ਸਾਥ ਭੈਣ ਸਭਾਵ ਕੇ ਇੱਕ ਜਾਤੀ ਸੇ ਭੈਣ ਜਾਤੀ ਵਾਲੀ ਸਵਗਤ ਜੈਸੇ ਗਊ ਵਿੱਚ ਸਿੰਘ ਪੂਜਾਦਕ ਅੰਗਾ ਦਾ ਤੇ ਬ੍ਰਹਮ ਸਤ ਚਿਤ ਆਨੰਦ ਲਖਣਾ ਵਾਲੇ ਸਮ ਦੂਸਰਾ ਕੋਈ ਨਹੀਂ ਸajati ਭੇਸ ਸੇ ਰਹਿਤ ਇੱਕ ਬ੍ਰਹਮ ਸੇ ਪੈਨ ਲਖਣਾ ਵਾਲਾ ਵੀ ਕੋ

ਮੈਂ ਜਾਚਕ ਖੇ ਗੁਰੂ ਨਾਨਕ ਤੇਰੇ ਦਰ ਦਾ ਮੰਗਤਾ ਜਾਚਕ ਮੰਗਿਆ ਦਾਤ ਦੇ ਪਿਆਰੇ ਆ ਇਹ ਦਾਨ ਮੰਗਦੇ ਆ ਇਹਦੇ ਸੰਤਾਂ ਦੇ ਚਰਣਾ ਦੀ ਧੂੜੀ ਚਾਹੁੰਦੇ ਕਦ ਕਿਰਪਾ ਮੇਰੀ ਦੀਨ ਦਿਆਲਾ ਜਾਚਕ ਜਾਚੈ ਸਾਧ ਰਵਾਲਾ ਤੇਰੀ ਸਾਧੂ ਦੇ ਚਰਣਾ ਦੀ ਧੂੜੀ ਇਹ ਦੀਨ ਬੰਦੂ ਦੀਨ ਦਿਆਲ ਮੇਰੇ ਤੇ ਕਿਰਪਾ ਕਰ ਦੇ ਦਾਨ ਨਾਨਕ ਜਨ ਮੰਗ ਸਦਾ ਸਦਾ ਆਦਿ ਧਿਆਈ ਜੀਓ ਮੈਂ ਦਾਸ ਤੇਰੇ ਦਰ ਦਾ ਕੂਕਰ ਗੁਰੂ ਨਾਨਕ ਆਪ ਤੋਂ ਏ ਮੰਗ ਮੰਗਦਾ ਮੈਨੂੰ ਇਹ ਦਾਨ ਦਵੋ ਕਿਉਂਕਿ ਸਦਾ ਸਦਾ ਤੇਰਾ ਧਿਆਨ ਕਰਾਂ ਤੇਰੀ ਯਾਦ ਚਿੰਤਨ ਵਿੱਚ ਜੁੜਿਆ ਰਹਾਂ ਵਾਜੋ ਮਗੱਲਾ ਉਤਨ ਜੋ ਬੰ। ਐਥੇ ਤੂੰ ਆ ਗਏ ਆਪੇ। ਜੀ ਜੰਤਰ ਸਭ ਤੇਰੇ ਥਾਪੇ। ਪੰਚਮ ਪਾਤਸ਼ਾਹ ਗੁਰਦੇਵ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਪਾਵਨ ਉਪਦੇਸ਼ ਪਰਮਾਉਂਦੇ ਨੇ। ਛੇ ਮੇਰੇ ਪਤੀ ਪੂਰਨ ਪਰਮਾਤਮਾ। ਅਤੇ ਤੂੰ ਹੈ ਆਗੈ ਆਪੇ ਜੀ ਜੰਤ ਸਭ ਤੇਰੇ ਥਾਪੇ ਇਸ ਲੋਕ ਵਿੱਚ ਵੀ ਤੂੰ ਹੀ ਪੂਰਨ ਅੱਗੇ ਪਰਲੋਕ ਵਿੱਚ ਵੀ ਆਪ ਹੀ ਸੂਕ ਮਸੂਜ ਜੀਵ ਸਭ ਤੇਰੇ ਸਥਾਪਨ ਕੀਤੇ ਹੋਏ ਤੋਦ ਬੈਨੇ ਅਵਰ ਨ ਕੋਈ ਕਰਤੇ ਮੈਂ ਤੇਰੇ ਉਟ ਤੁਮਬਾਰੀ ਜੀਓ ਕਿਏ ਮੇਰੇ ਵਾਹਿਗੁਰੂ ਕਲਤਾ ਬੁਲਕ ਤੇਰੇ ਤੋਂ ਭੈਨੇ ਕੋਈ ਵੀ ਨਹੀਂ ਬੰਦ ਕਰਕੇ ਮੈਨੂੰ ਆਦਾਤ ਤਨ ਕਰਕੇ ਤੇਰੀ ਛੰਡ ਲਈ ਹੈ ਤੇਰੀ ਤੋਂ ਬਿਨਾ ਕੋਈ ਦੂਜਾ ਅਦਸਨਾ ਜਪ ਜਪ ਜੀਵੈ ਸੋ ਆਮੀ ਭਾਗ ਬ੍ਰਹਮ ਬ ਪ੍ਰਭ ਅੰਤਰ ਜਾਮੀ ਕਿਏ ਮੇਰੇ ਗੁਰੂ ਦਾਤ ਜਿਹਾ ਤੇਰਾ ਨਾਮ ਜਪ ਜਪ ਕੇ ਜੀਵੇ ਖੇ ਮੇਰੇ ਗੁਰੂ ਨਾਨਕ ਤੂੰ ਅੰਤਰ ਜਾਮੀ ਹੈ ਅੰਦਰ ਦਾ ਪ੍ਰੀਰਕ ਸਭਨਾ ਦੇ ਹਿਰਦਿਆਂ ਦੀ ਤੂੰ ਜਾਣਦਾ ਵੱਡਾ ਮਾਲਕ ਜਹਿਰ ਗੰਭੀਰ ਅਥਾ ਜੇ ਨਾ ਸੇਵੇ ਆ ਤਨਹੀ ਸੁਖ ਵਾਇਆ ਤੋ ਜਨਮ ਨਾ ਜੂਏ ਹਾਰੀ ਜੀਓ ਕੀ ਮੇਰੇ ਗੁਰੂ ਨਾਨਕ ਜਿਨ੍ਹਾਂ ਨੇ ਤੈਨੂੰ ਸੇਵਿਆ ਰੱਧਿਆ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਬਖਸ਼ਿਸ਼ਾ ਪਾਈਆਂ ਨੇ ਉਹਨਾਂ ਨੇ ਸੁੱਖਾਂ ਵਿੱਚ ਵਾਸਾ ਪਾ ਲੇ ਉਹ ਪਉਸ਼ ਮਲੁਖ ਜਨਮ ਦੇ ਜੂਏ ਵਿੱਚ ਨਹੀਂ ਹਾਸਦੇ ਵਿਚਿਆਂ ਵਿੱਚ ਆਪਣਿਆ ਮੋਲਕ ਜਨਮ ਨੂੰ ਖੋਮਦੇ ਨਹੀਂ ਵਿਚਿਆਂ ਬਕਾਰਾਂ ਵਿੱਚ ਸੋ ਜਨਮ ਨਾ ਜੂਵੈ ਹਾਰੀ ਜੀਉ ਇਹ ਵਿਚਿਆਂ ਵਿੱਚ ਨਹੀਂ ਖੋਉਂਦੇ ਆਪਣੇ ਅਮੋਲਕ ਜਨਮ ਨੂੰ ਜੋ ਸੋ ਵਾਹੇ ਗੁਰੂ ਨੇ ਦਿੱਤਾ ਇਸ ਦਾ ਲਾਗਾ ਲੈਂਦੇ ਨਾਮ ਆਬਖਦ ਜਿਨ ਜਨ ਤੇਰੇ ਪਾਇਆ ਜਾ ਨਾਮ ਜਨਮ ਕਾ ਰੋਗ ਗਵਾਇਆ ਏ ਮੇਰੇ ਗੁਰੂ ਨਾਨਕ ਜਿਸ ਤੇਰੇ ਭਗਤ ਨੇ ਤੇਰੇ ਜਨ ਬਖਾਤਮਾਨੇ ਆਪ ਦਾ ਨਾਮ ਅਵਖਦ ਪਾਇਆ ਤੇਰਾ ਨਾਮ ਜਪਿਆ ਇਹਨੇ ਜਨਮ ਜਨਮ ਦਾ ਅਗਿਆਨ ਰੋਗ ਮਾਨੋ ਗਵਾ ਲਿਆ ਖਾ ਰ ਕੀ ਰਤਨ ਗਾਵ ਦਿਨ ਰਾਤੀ ਸਭਲ ਇਹ ਹੈ ਕਾਰੀ ਜੀਓ ਏ ਮੇਰੇ ਗੁਰੂ ਨਾਨਕ ਤੇਰਾ ਜਸ ਦਿਨ ਰਾਤ ਗਾਇਣ ਕਰਦੇ ਕਿਉਂਕਿ ਆਪ ਖਦੀ ਸਹਿਤ ਫਲ ਦੇ ਭਾਵੇ ਕੇ ਜਿਨ੍ਹਾਂ ਨੇ ਤੇਰਾ ਜਸ ਗਾਇਣ ਰੂਪ ਭਗਤੀ ਕੀਤੀ ਇਹਨਾਂ ਦਾ ਨੈਚਾ ਕਰਕੇ ਗਿਆਨ ਪ੍ਰਾਪਤੀ ਦੁਆਰਾ ਅਗਿਆਨ ਰੋਗ ਦੂਰ ਹੋ ਲੈਟ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਤ ਬ੍ਰਹਮ ਨਮਸਕਾਰਿਆ ਜੋ ਕਿਰਪਾ ਦੇਤੀ ਧਾਰ ਕੇ ਤੈਨੇ ਆਪਣਾ ਭਗਤ ਸਵਾਰ ਲਿਆ ਕਿਉਂਕਿ ਗੁਰੂ ਨਾਨਕ ਦੀ ਫਿਰ ਬਖਸ਼ਿਸ਼ ਹੁੰਦੀ ਆਪਣੇ ਆ ਜਨਾ ਭਗਤਾਂ ਆਪ ਬਖਸ਼ਿਸ਼ ਕਰਦਾ ਹੈ ਧਾਰ ਦਾ ਆਪੇ ਸੇਵਾ ਲਾਇਨ ਆਪੇ ਵਖਸ਼ ਕਰੇ ਸਭਨਾ ਕਾਮ ਆਪਿਓ ਆਪਹਿ ਆਪੇ ਸਾਧ ਕਰੇ ਫਿਰ ਖਬਰ ਵੀ ਲੈਂਦਾ ਸਾਧ ਵੀ ਲੈਂਦਾ ਕਿਉਂਕਿ ਮਾਲਕ ਹੈ ਕਿ ਚਾਦ ਸਾਧਨ ਸੁਪੰਨ ਕਰ ਲੈ ਇਸ ਭਗਤ ਨੇ ਘਟ ਘਟ ਵਿੱਚ ਵਿਆਪਕ ਰੂਪ ਜਾਣ ਕੇ ਫਿਰ ਮੱਥਾ ਟੇਕਿਆ ਕਿ ਮੇਰਾ ਗੁਰੂ ਨਾਨਕ ਮੇਰਾ ਪਰਮੇਸ਼ਰ ਘਟ ਘਟ ਵਿੱਚ ਬੈਠਾ ਇਕ ਸਬਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਪਾਤਸ਼ਾਹ ਬਣਵਾਉਂਦੇ ਨੇ ਏ ਮੇਰੇ ਗੁਰੂ ਨਾਨਕ ਇਕ ਤੇਰੀ ਤੋਂ ਬਿਨਾ ਦੂਜਾ ਕੋਈ ਨਹੀਂ ਜਾਣੇ ਤੈਨੂੰ ਹੀ ਜਾਣਿਆ ਤੂੰ ਦੀਨ ਦੁਨੀਆ ਦਾ ਮਾਲਕ ਆਪ ਨਿਰਗੁਣ ਤੋਂ ਸਦਗੁਣ ਦੇ ਰੂਪ ਵਿੱਚ ਆਇਆ ਤਾਂ ਦੇਖ ਕੇ ਕਲਪਤ ਵਸਤੂ ਅਜਤਾਂ ਤੇ ਭੈ ਨਹੀਂ ਕਿ ਵੱਡੇ ਮੇਰੇ ਗੁਰੂ ਨਾਨਕ ਪਰਮੇਸ਼ਰ ਇਹ ਬੁੱਧੀ ਸ੍ਰੇਟ ਜੋ ਆਪਨੇ ਬਖਸ਼ਿਸ਼ ਕੀਤੀ ਬੇਨਤੀ ਕੀਤੀ ਪਾਤਸ਼ਾ ਜਿਨ੍ਹਾਂ ਦੀ ਮਤ ਪਰਮੇਸ਼ਰ ਆਲੈਣ ਹੋਈ ਤਿਨਾਂ ਦੀ ਮਹਿਮਾ ਕੈਸੀ ਬਾਦਸ਼ਾਹ ਪਰਮਾਉਂਦੇ ਨੇ ਗੁਰੂ ਨਾਨਕ ਗੁਰੂ ਅਰਜਨ ਦੇਵ ਵਾਹ ਰਾਜ ਜੀ ਬਾਜੋ ਬਹੱਲਾ ਪੰਜੋ ਵਾ ਮਨ ਤਨ ਰਾਮ ਪਿਆਰੇ ਸਰਵਾਂਸ ਦੀਜੈ ਆਪਣਾ ਵਾਰੇ ਜੋ ਪਰਮੇਸ਼ਰ ਨਾਲ ਜੁੜ ਗਏ ਗੁਰੂ ਨਾਨਕ ਦੇ ਚਾਣਾਂ ਦੇ ਭੋਰੇ ਬਣ ਗਏ ਜਿਨ੍ਹਾਂ ਦਾ ਮਨ ਤਨ ਰਾਮ ਪਿਆਰੀ ਨਾਲ ਰੱਤੀਆ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਗੂੜਾ ਰੰਗ ਚੜਿਆ ਤੇ ਉਪਰੋ ਆਪਣਾ ਸਰਵੰਸ ਵਾਦ ਦੇ ਆਠ ਪੈੜ ਗੋਬਿੰਦ ਗੁਣ ਗਾਈਐ ਬਿਸਰਨਾ ਕੋਈ ਸਾਫ ਸਾ ਜੀਉ ਭਾਈ ਤਿਨਾਂ ਦਾ ਸੰਗ ਕਰਕੇ ਅਠੇ ਪੈੜ ਗੁਣ ਗਾਈਏ ਗੁਰੂ ਨਾਨਕ ਦੇ ਕੋਈ ਸੁਆਸ ਵੀ ਵਾਹਿਗੁਰੂ ਨਾਮ ਬੁਲੇ ਨਾਮ ਵਿਸਰੇ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸੋਈ ਮੇਰਾ ਮਨ ਤਨ ਬਾਣੀ ਦਾ ਮਿੱਤਰ ਜਿਨ੍ਹਾਂ ਨੇ ਰਾਮ ਦਾ ਨਾਮ ਸੰਤਾਂ ਦੇ ਸੰਗ ਕਰਕੇ ਮੁਕਤ ਦਾਤਾ ਵਿਚਾਰ ਲਿਆ ਕਿ ਮੁਗਤੀ ਦੇ ਦੇਵਨ ਵਾਲਾ ਮੇਰੇ ਗੁਰੂ ਨਾਨਕ ਦਾ ਨਾਮ ਕਿਉਂਕਿ ਭਾਈ ਜੁਗ ਕਲ ਜੁਗਦਾਰ ਬਾਬਾ ਜੀ ਨੇ ਇੱਕ ਨਾਮ ਨੂੰ ਜਪਿਆ ਆਪਦੇਸ਼ ਨਾਮ ਦਾ ਕੀਤਾ ਆਪ ਪ੍ਰਤੱਖ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਿਆ ਅਪਦੇਸ਼ ਬਖਸ਼ਿਆ ਕਿ ਸਤਗੁਰੂ ਖਾਜਰਾ ਖਜੂਰ ਨੇ ਆਪ ਪ੍ਰਗਟ ਕੀਤਾ ਭੋਗ ਲਵਾਏ ਜੋ ਅੱਜ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਤਖ ਭੋਗ ਲਗਦਾ ਸਤਿਗੁਰੂ ਆਜਦਾ ਹਜੂਰ ਆਬਾ ਜੀ ਨੇ ਵੰਕਸ਼ਾ ਕਰਦੀਆਂ ਭਾਈ ਤੋੜੀ ਭਾਵਨਾ ਬਣ ਜਾਵੇ ਸ਼ਰਦਾ ਬਣ ਜਾਵੇ ਸਤਿਗੁਰੂ ਪਤਖ ਬੈਠੇ ਨੇ ਉਹ ਤਾਂ ਆਜਦਾ ਹਜੂਰ ਨੇ ਸਾਜ ਨੜਾ ਮੇਰਾ ਸਾਜ ਨੜਾ ਨਿਕਟ ਖਲੋਏ ਅੜਾ ਮੇਰਾ ਸਾਜ ਨੜਾ ਉਤਾ ਨੈਗੇਟਿਵ ਹੈ ਉਤਾ ਖੱਥਾ ਪਾਵਾਂ ਨਾਲੋਂ ਵੀ ਨੇੜੇ ਕਹੇ ਦਾ ਵਿਦਾਸ ਹਾਤ ਪੈ ਨੇੜੇ ਸਹਿਜੇ ਹੋਏ ਸੋ ਹੋਏ ਉਹ ਐਸਾ ਮਾਲਕ ਅਰ ਪਾਤਸ਼ਾਹ ਪਰਵਾਉਂਦੇ ਨੇ ਸਾਧੂ ਸੰਗ ਤਰੀ ਜੈ ਸਾਗ ਕਟਿਏ ਜਮ ਕੀ ਫਾਸਾ ਜਿਓ ਸੰਤਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਜਮਾਂ ਦੀ ਫਾਸੀ ਕੱਟੀ ਜਾਂਦੀ ਕਦਾਚਤ ਇਹ ਐਸੀ ਸ਼ੰਕਾ ਹੋਵੇ ਕਿ ਵਾਹਿਗੁਰੂ ਦੀ ਸੇਵਾ ਟੈਲ ਕਰਿਆਂ ਕੀ ਲਾਹਾ ਮਿਲਦਾ ਕੀ ਲਾਭ ਹੁੰਦਾ ਪਾਤਸ਼ਾਹ ਪਰਵਾਉਂਦੇ ਨਹੀਂ ਚਾਰ ਪਦਾਰਥਾਂ ਦੀ ਸੇਵਾ ਪਾਰ ਜਾਤ ਜਪ ਅਲਖ ਅਭੇਵ ਧਰਮ ਆਰਥ ਕਾਮ ਬੋਗ ਇਹ ਚਾਰੇ ਪਦਾਰਥ ਸੇਵਾ ਵਿੱਚੋਂ ਪ੍ਰਾਪਤ ਹੋ ਜਾਂਦੇ ਇਹ ਤਹਿਦ ਕਰਿਆ ਮਿਲ ਜਾਂਦੇ ਐਸੀ ਚਾਕਰੀ ਗੁਰੂ ਨਾਨਕ ਦੇਵ ਕਰਦੀ ਕਲਪ ਵਿੱਚ ਦੇ ਸਾਮ ਅਲਖ ਆਪੇ ਵਾਹਿਗੁਰੂ ਦਾ ਜਾਪ ਹੈ ਇਹ ਕਲਪ ਵਿੱਚ ਤੇ ਏਠਾ ਖਲੋਤੇ ਆ ਤਤਕਾਲ ਹੋ ਨਹੀਂ ਪੂਰੇ ਐਸਾ ਨਾਮ ਪਰਮੇਸ਼ਰ ਦਾ ਜਿਸ ਨਾਮ ਨੂੰ ਜਪਿਆ ਜੋ ਵੀ ਇਚਾ ਮਨ ਵਿੱਚ ਤਤਕਾਲ ਪੂਰੀ ਸਾਈ ਵਸਤ ਪ੍ਰਾਪਤ ਹੋਈ ਜੇ ਸੇਤੀ ਮਨ ਲਾਇ ਉਹ ਵਲੇਗੀ ਚਾਰ ਪਦਾਦ ਰੱਬ ਕੀ ਸੇਵਾ ਬਾਦਸ਼ਾਹ ਪਰਵਾਉਂਦੇ ਨਹੀਂ ਬਾਦ ਜਾਤ ਅਲਖ ਅਭੇਵ ਅਲਖ ਅਭੇਵ ਵਾਹੇ ਗੁਰੂ ਦਾ ਜਾਪ ਹੈ ਭਾਵੇਂ ਕਿ ਸਭ ਕਾਮਨਾ ਦੇ ਦੇਵਣ ਵਾਲਾ ਕਾਮ ਕਰੋਦ ਕਿਲ ਵਿਖ ਗੋਦ ਕਾਟੇ ਉਰਨ ਹੋਈ ਆਸਾ ਜੀਓ ਕਾਮ ਕ੍ਰੋਧ ਨਾ ਪਾਪ ਗੁਰੂ ਨੇ ਕੱਟ ਦਿੱਤੇ ਸੰਪੂਰਨ ਆਸਾ ਪੂਰਨ ਬੇਨਤੀ ਕੀਤੀ ਪਾਤਸ਼ਾ ਜਦ ਐਸਾ ਫਲ ਵਾਹੀ ਗੁਰੂ ਦੀ ਪ੍ਰਾਪਤੀ ਵਿੱਚ ਖੈ ਤਦ ਸਭ ਕੋਈ ਇਸ ਨੂੰ ਕਿਉਂ ਨਹੀਂ ਮਿਲਦਾ ਸਾਰੇ ਕਿਉਂ ਨਹੀਂ ਨਾਮ ਜਪਤੇ ਆਪਦੇ ਮੱਤ ਵਿੱਚ ਗ੍ਰਸਤ ਪਰਵਾਣ ਹੈ ਔ ਤਿਆਗ ਹੈ ਇਹ ਬੇਨਤੀ ਕੀਤੀ ਪੁੱਛਣਾ ਕੀਤਾ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹਿਣ ਲੱਗੇ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾ ਰੰਗ ਪਾਣੀ ਜਿਸ ਪ੍ਰਾਣੀ ਦੇ ਜਗਿਆਸੂ ਦੇ ਭਾਈ ਪੂਰਨ ਭਾਗ ਨੇ ਪਰ ਬਲਪੁੰਨ ਨੇ ਉਹ ਪੁੱਤ ਸਤ ਸੰਗ ਦੁਆਰਾ বিষ্ণੂ ਨੂੰ ਮਿਲਿਆ ਤਾਂ ਲੋਕੀ ਦੇ ਮਾਲਕ ਦੀ ਪ੍ਰਾਪਤੀ ਹੋਈ ਗੁਰੂ ਨਾਨਕ ਮਿਲਿਆ ਭਾਗ ਵੱਡੇ ਨੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟਿਆ ਸੇਵਾ ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੀ ਨਾਨਕ ਨਾਮ ਵਸਿਆ ਜਿਸ ਅੰਤ ਪਰਵਾਨ ਗ੍ਰਿਸ਼ਟ ਉਦਾਸਾ ਜੀਓ ਗੁਰੂ ਅਰਜੁਨ ਦੇ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ ਪਿਆਰਿਓ ਜਿਸ ਦੇ ਵੀ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਉਹ ਹੀ ਦਰਗਾਹ ਵਿੱਚ ਮੰਨਿਆ ਗਿਆ ਗਰਵਾਨ ਚਾਹੇ ਉਹ ਗ੍ਰਸਤੀ ਹੈ ਚਾਹੇ ਤਿਆਗੀ ਦਰਗਾਹ ਵਿੱਚ ਮੰਨਿਆ ਜਾਵੇ ਤੇ ਖੇਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਵਾਜੁ ਮੰਗ ਲਾ ਪੰਜਵਾ ਸਿਮਰਤ ਨਾਮ ਰਿਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਦੇਸ ਦੇ ਵਿੱਚ ਨਾਮ ਨੂੰ ਸਿਮਰਿਆ ਉਸ ਨੇ ਭਾਈ ਸੁਖ ਪਾਇਆ ਜਉ ਤੂੰ ਜਿਨਾ ਪਰ ਕਿਰਪਾ ਕੋਈ ਤੇਨਾ ਭਗਤਾ ਨੂੰ ਹੀ ਪ੍ਰਗਟ ਹੋਇਆ ਸ਼ਾਂਤ ਸੰਗ ਮਿਲ ਗੁਰ ਗੁਰ ਜਪਿਆ ਬੇਨਸੀ ਆਲਸ ਰੂਗਾ ਜਿਉ ਭਾਈ ਜਿਨ੍ਹਾਂ ਨੇ ਸਤ ਸੰਗ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਨਾਂ ਦੇ ਆਲਸ ਲੋਗ ਵੀ ਮਟ ਜਾਂਦੇ ਨੇ ਜੋ ਬੜੇ ਆਲਸ ਸੀ ਕਿ ਆਸ ਨਹੀਂ ਸਾਡਾ ਦੂਰ ਹੁੰਦਾ ਆਲਸ ਵੀ ਦੂਰ ਹੋ ਜਾਂਦਾ ਜੋ ਸਤ ਸੰਗ ਦੇ ਵਿੱਚ ਆਉਂਦੇ ਨੇ ਵਾਟਸਾ ਪਰਵਾਉਂਦੇ ਨਹੀ ਜਾ ਕੈ ਗਰਹਿ ਨਾਮ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਜਿਨ੍ਹਾਂ ਦੇ ਹਿਰ ਦੇ ਰੂਪੀ ਘਰ ਵਿੱਚ ਨਾਉ ਨਿਧ ਰੂਪੀ ਪਰਮੇਸ਼ਰ ਦਾ ਨਾਮ ਬੰਦਗੀ ਹੈ ਇਹ ਭਾਈ ਜਿਸ ਗਰੀ ਦੇ ਘਰ ਨਾਉ ਨਿਧ ਉਹ ਤਿਸ ਨੂੰ ਪ੍ਰਾਪਤ ਹੋਇਆ ਜੇਦੀ ਪੂਰਬਲੀ ਸ਼ੁਭ ਕਮਾਈ ਉਸ ਨੂੰ ਮਿਲਦਾ ਹੈ ਗੁਰੂ ਨਾਨਕ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਬਨਾ ਗੱਲਾਂ ਜੋਗਾ ਜੀਉ ਪਾਤਸ਼ਾਹ ਪਰਮਉਦੇ ਨੇ ਪਰਮੇਸ਼ਰ ਗਿਆਨ ਧਿਆਨ ਕਰਕੇ ਪੂਰਨ ਹੈ ਉਹ ਸਬਨਾ ਬਾਤਾਂ ਲਾਇਕ ਭਾਵੇਂ ਕੇ ਸਮਰੱਥਕ ਹੈ ਗੁਰੂ ਨਾਨਕ ਸੋ ਸਮਰੱਥਾ ਦਿਖਾਉਂਦੇ ਨੇ ਪਾਤਸ਼ਾਹ ਕੈਸਾ ਸਮਰੱਥ ਹੈ ਕਹਿਣਾ ਮੈਂ ਤਾਂ ਉਪ ਉਤਪਨ ਆਰਾ ਆਪ ਇਕਾਂਤੀ ਆਪ ਬਸਾਰਾ ਐਸਾ ਦਾਤਾ ਮਾਲਕ ਕਹਿੰਦੇ ਵਿੱਚ ਸਥਿਤ ਕਰਨ ਵਾਲਾ ਆਖਾ ਇੱਕ ਖਿੰਦ ਵਿੱਚ ਖਿੰਦ ਵਿੱਚ ਉਠਾਉਣ ਵਾਲਾ ਭਾਵ ਕਿ ਖਿੰਦ ਵਿੱਚ ਉਤਪਤ ਪਰਲੇ ਕਰਨ ਵਾਲਾ ਆਪ ਹੀ ਨਿਰਾਕਾਰ ਰੂਪ ਹੈ ਔਰ ਬ੍ਰਹਿਮੰਡ ਰੂਪ ਸਤਗੁਣ ਵੀ ਆਪ ਹੈ ਪਰਮੇਸ਼ਰ ਲੇਪ ਨਹੀਂ ਜਗ ਜੀਵਨ ਦਾਤੇ ਦਰਸਨ ਡਿਠੇ ਲੈਨ ਵਜੋਗਾ ਜਿਓ ਉਸ ਜਗ ਜੀਵਨ ਦਾਤੇ ਨੂੰ ਲੇਪ ਨਹੀਂ ਅਸੰਗ ਹੈ ਨਾ ਲੇ ਪਰੈਂਦਾ ਖੈ ਮਿਦਾ ਵਾਹਿਗੁਰੂ ਕੋਈ ਲੇਪ ਨਹੀਂ ਤੇ ਦਰਸ਼ਨ ਦੇਖਣੇ ਸੇ ਬਿਛੋੜੇ ਦੇ ਦੁੱਖ ਲੈ ਜਾਂਦੇ ਜੀਵ ਰੂਪ ਕਰਕੇ ਭੰਤਾਂ ਨਹੀਂ ਰਹਿਂਦੇ ਆਂਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਤੇ ਆਪਣੇ ਲੜ ਲਾ ਕੇ ਸੰਪੂਰਨ ਸੇਟੀ ਗੁਰੂ ਦਵਾਰਾ ਤਰਾਈ ਸੋ ਆਪਣਾ ਨਾਮ ਆਪ ਜਪਉਂਦਾ ਗੁਰੂ ਬੋਇ ਤਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ ਵਾਏ ਗੁਰੂ ਦੀ ਕਿਰਪਾ ਤੇ ਜਿਨ੍ਹਾਂ ਨੇ ਤੁਲੋਈ ਪੁੰਨ ਦਾ ਸੰਜੋਗ ਸੀ ਤਿਨਾਂ ਨੇ ਗਿਆਨ ਰੂਪੀ ਜਹਾਜ ਪਾ ਲਿਆ ਵਾਜ ਮਹੱਲਾ ਬੰਜੋਵਾ ਸੋਈ ਕਰਣਾ ਜੇ ਆਪ ਕਰਾਈ ਜਿੱਤ ਦੱਕਾ ਸਾ ਪਲੀ ਜਾਏ ਸੋਈ ਕਾਜ ਕਰੀਦਾ ਜੋ ਕੇ ਮੇਰੇ ਗੁਰੂ ਨਾਨਕ ਤੂੰ ਆਪ ਕਰਾਉਂਦਾ ਸੋਈ ਹਸਤਾਨ ਭਲਾ ਜਿੱਥੇ ਤੂੰ ਰੱਖਦਾ ਸੋਈ ਸਿਆਣਾ ਸੋਪਤਵੰਤ ਹੁਕਮ ਲਗੈ ਜਿਸ ਮੀਠਾ ਜੀਓ ਇਹ ਗੁਰੂ ਨਾਨਕ ਜਿਸ ਬੁੱਝ ਨੂੰ ਤੇਰਾ ਹੁਕਮ ਪਿਆਰਾ ਮਿੱਠਾ ਲਗਦਾ ਸੂਈ ਚਾਤਰ ਸੁਈ ਪਤਵਾਲਾ ਸਾਬ ਪਰੋਈ ਇਕਤ ਤਾਗੈ ਜਿਸ ਲਾਇ ਲਏ ਸੋ ਚਰਣੀ ਲਾਗੈ ਸੰਪੂਰਨ ਸੇਟੀ ਤੈਨੇ ਇੱਕ ਹੁਕਮ ਸਤਾ ਰੂਪੀ ਧੋਰੇ ਵਿੱਚ ਪਰੋਈ ਹੋਈ ਹੈ ਜੇ ਤੂੰ ਚਾਨੀ ਲਾ ਲੈਂਦਾ ਹੋ ਲੱਗਦਾ ਕਿਉਂਕਿ ਤੂੰ ਦੀਨ ਦੁਨੀਆ ਦਾ ਮਾਲਕ ਹੈ ਦੇ ਚੜਿਆ ਬੇਲੇ ਪ੍ਰਭੂ ਦੱਸ ਗਏ ਕਾਬਾ ਸੀ ਆਪ ਮਲਾਉਂਦਾ ਹੈ ਵਿਛੜਿਆ ਓਂਦ ਕਮਲ ਜਿਸ ਹੋਏ ਪਰਗਾਸਾ ਤੇ ਨ ਸਰਬਨ ਰਿੰਜਨ ਦਿਠਾ ਜੀਉ ਪਾਤਸ਼ਾਹ ਪਰਮਾਉਂਦੇ ਨਹੀਂ ਤੇ ਇਸ ਦੇ ਵਿੱਚ ਸਤ ਅਸਤ ਦਾ ਬਿਵੇਕ ਹੋਇਆ ਰਾਜ ਦਾ ਰੂਪੀ ਕਮਲ ਜੋ ਪਹਿਲਾਂ ਹੀ ਉਲਟਾ ਸੀ ਜੋ ਸਿੱਧਾ ਹੋ ਗਿਆ ਕਿ ਜੋ ਵਾਹਿਗੁਰੂ ਤੋਂ ਬੇਮੁਖ ਸੀ ਸੋ ਪ੍ਰੀਤੀ ਕੰਢ ਲਿਆ ਤਾਰੇ ਵਿੱਚ ਇਹ ਮੇਰੇ ਵਾਹਿਗੁਰੂ ਤੈਨੂੰ ਦੇਖਿਆ ਤੇਰੀ ਮਹਿਮਾ ਤੂੰ ਹੈ ਜਾਣ ਆਪਣਾ ਆਪ ਤੂੰ ਆਪ ਪਛਾਣ ਤੇਰੀ ਬੜਾਈ ਨੂੰ ਤੂੰ ਹੀ ਜਾਣਦਾ ਆਪਣੇ ਆਪ ਨੂੰ ਤੂੰ ਆਪ ਪਹਿਚਾਣਦਾ ਹੈ ਖੋਬਲਿਆ ਦੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਮੈਂ ਤੈਨ ਤੇਰੇ ਸੰਤਾਂ ਦੇ ਉਪਰੋ ਬਾਤ ਦੇ ਜਾਂਦਾ ਸੀ ਅਨੇਕ ਆਮ ਕਰੋ ਲੋਭੋ ਅਹੰਕਾਰ ਵਿਕਾਰਾਂ ਦੇ ਸਮਦਾਏ ਨੂੰ ਪੀਸਿਆ ਦੂਰ ਕੀਤਾ ਤੂੰ ਦਰਵਾਜ਼ਾ ਸੰਤ ਤੇਰੇ ਇਹਦੇ ਰਮਲ ਜਿਨਾਂ ਦੇਖੇ ਸਭ ਉਤਰੇ ਕਲਮਲ ਏ ਮੇਰੇ ਗੁਰੂ ਨਾਨਕ ਤੂੰ ਦਰਵਾਜ਼ਾ ਹੈ ਤੇਰਾ ਕਿਸੇ ਨਾਲ ਵੈਰ ਇਹਦੇ ਸੰਤ ਵੀ ਉਜਲ ਨਿਰਮਲ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਦਰਸ਼ਨ ਸੇ ਪਾਪ ਉੱਤਰ ਜਾਂਦੇ ਨੇ ਕੋਟ ਪਰਾਧੀ ਸੰਤ ਸੰਗ ਉਤਰੇ ਜਮ ਤਾਂ ਕਹ ਦੇੜ ਨਾ ਕਰੋੜਾ ਪਦਾਤ ਕੀਤੇ ਓਬਣ ਸਾਧੂ ਦੀ ਸੰਗਤ ਕਰਦੇ ਆ ਉਦਾਰ ਹੋ ਜਾਂਦਾ ਨਾਨਕ ਨਾਮ ਧਿਆਏ ਧਿਆਏ ਜੀਵੇ ਬੈਨਸਿਆ ਭਰਾਮ ਭੋਟੀਠਾ ਜਿਉ ਪਾਤਸ਼ਾ ਪਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੇ ਮੇਰੇ ਗੁਰੂ ਨਾਨਕ ਤੇਰਾ ਨਾਮ ਸਿਮਰ ਸਿਮਰ ਕੇ ਸੰਤ ਜਿਉਂਦੇ ਨੇ ਤੇ ਭਾਰੋਂ ਭੈ ਕਠੋਰ ਸੁਭਾਉ ਉਹਨਾਂ ਦਾ ਬੈਨਸਿਆ ਉਹ ਤੇਰੀਆਂ ਬਖਸ਼ੀਸ਼ਾਂ ਸਤ ਗੁਰੂ ਦੇ ਅਪਦੇਵ ਤੇ ਚਲੀਏ ਗੁਰ ਸ਼ਬਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤਿ ਪੁਰਸ਼ਾਂ ਦਾ ਆਪਣਾ ਆਮੋਲਕ ਜਨਮ ਸਫਲ ਹੋ ਜਾਵੇਗਾ ਕਿ